ਇੱਥੇ ਦੀਆਂ ਲੇਕਾਂ ਵੀ ਨਾ ਜਿਹੜੀਆਂ ਨੇ ਸਮੁੰਦਰ ਤੋਂ ਵੱਡੀਆਂ ਨੇ, ਤੁਸੀਂ ਦੇਖ ਸਕਦੇ ਹੋ, ਦੂਜਾ ਐਂਡ ਹੀ ਨਹੀਂ ਲੱਭ ਰਿਹਾ। ਆਹ ਤੁਸੀਂ ਦੇਖ ਸਕਦੇ ਹੋ, ਬੋਟ ਸੀੜੀਆਂ ਨੇ ਰਾਈਡ ਲਈ ਲੈ ਕੇ ਜਾ ਰਹੀਆਂ ਨੇ, ਬਹੁਤ ਹੀ ਸੋਹਣਾ ਵਿਊ। ਹਾਂਜੀ, ਬਾਰਿਸ਼ ਰੁੱਕ ਗਈ ਸੀ ਅਤੇ ਆਪਾਂ ਹੁਣ ਫਿਰ ਨਿਕਲੇ ਹਾਂ, ਕਿਉਂਕਿ ਆਏ ਹਾਂ ਆਪਾਂ ਘੁੰਮਣ ਲਈ ਅਤੇ ਆਪਾਂ ਇਹਨੂੰ ਐਕਸਪਲੋਰ ਕਰਾਂਗੇ ਟੋਰੋਂਟੋ ਨੂੰ ਥੋੜ੍ਹਾ ਜਿਹਾ। ਆਪਾਂ ਆਏ ਹਾਂ ਫ੍ਰੈਂਚ ਮੈਨ ਬੇ, ਇਹ ਲੇਕ ਆ, ਇੱਕ ਲੇਕ ਸਾਈਡ 'ਤੇ ਆ, ਆਪਾਂ ਉੱਥੇ ਜਾ ਰਹੇ ਹਾਂ, ਤੁਹਾਨੂੰ ਮੈਂ ਵਿਊ ਦੱਸੂੰਗਾ ਉਹਦਾ। ਬੜੇ ਸੋਹਣੀ ਘਰ ਬਣੇ ਨੇ ਲੋਕਾਂ ਦੇ, ਬਹੁਤ ਹੀ ਸੋਹਣਾ ਏਰੀਆ ਹੈ, ਤੁਹਾਨੂੰ ਮੈਂ ਦੱਸਦਾ ਜ਼ਰਾ, ਦੇਖੋ ਚੱਕੋ ਤੁਸੀਂ ਦੇਖੋ। ਧੁੱਪ ਨਿਕਲ ਗਈ ਹੈ, ਇਹਨਾਂ ਨੇ ਵਾਰਨਿੰਗ ਦਿੱਤੀ ਸੀਗੀ ਥੰਡਰਸਟੋਰਮ ਦੀ, ਆਪਾਂ ਸੋਚਿਆ ਸੀ ਅੱਜ ਦਾ ਦਿਨ ਆਪਣਾ ਵੇਸਟ ਹੋ ਗਿਆ, ਲੇਕਿਨ ਇੱਦਾਂ ਦਾ ਨਹੀਂ ਹੋਇਆ, ਝੰਡੇ ਲੱਗੇ ਨੇ ਕੈਨੇਡਾ ਦੇ, ਤੁਸੀਂ ਦੇਖ ਸਕਦੇ ਹੋ। ਤਾਂ ਸਾਹਮਣੇ ਹੈਗੀ ਲੇਕ, ਬਹੁਤ ਸੋਹਣੇ ਘਰ ਬਣੇ ਨੇ, ਰੋਡਾਂ ਵੀ ਕਾਫੀ ਛੋਟੀ ਛੋਟੀਆਂ ਨੇ, ਗੱਡੀਆਂ ਲੱਗੀ ਹੋਈ ਨੇ, ਅਤੇ ਸਾਹਮਣੇ ਆ ਵਿਊ ਲੇਕ ਦਾ, ਆਪਾਂ ਤੁਹਾਨੂੰ ਦੱਸਾਂਗੇ ਨੋਟੀਕਲ ਵਿਲੇਜ, ਵਿਲੇਜ ਹੋਣੀ ਇਹਦਾ ਨਾਂ, ਬੋਰਡ ਲੱਗੇ ਹੋਏ ਨੇ, ਇੱਥੋਂ ਕਿੰਨੇ ਪਿਆਰੇ ਬਣੇ ਹੋਏ ਨੇ, ਤੁਸੀਂ ਦੇਖ ਸਕਦੇ ਹੋ, ਛੋਟੇ ਛੋਟੇ ਬਿੱਲਾਸ ਟਾਈਪ ਨੇ। ਤੁਹਾਨੂੰ ਮੈਂ ਪੂਰਾ ਵਿਊ ਦੱਸੂੰਗਾ ਇਹਦਾ। ਹਾਂਜੀ, ਇਹਦਾ ਨਾਮ ਹੈ ਏਰੀਆ ਦਾ ਫ੍ਰੈਂਚ ਮੈਨ ਬੇ, ਤੁਸੀਂ ਦੇਖ ਸਕਦੇ ਹੋ ਬੋਟਸ ਲੱਗੀਆਂ ਹੋਈਆਂ ਨੇ, ਉਹ ਦੇਖ ਲਓ ਪਿੱਛੇ, ਤੁਹਾਨੂੰ ਮੈਂ ਦੱਸੂੰਗਾ, ਉਹ ਦੇਖੋ ਬਹੁਤ ਹੀ ਸੋਹਣਾ ਵਿਊ ਹੈ ਇਹਦਾ। ਇੱਕ ਸ਼ੋਰ ਇਹ ਹੈ, ਇੱਕ ਸ਼ੋਰ ਤੁਹਾਨੂੰ ਮੈਂ ਦੱਸੂੰਗਾ, ਦਿਸ ਜੁਲਾਈ ਐਂਡ ਅਗਸਤ ਥਰਸਡੇ 7 PM ਕੰਸਰਟਸ ਵੀ ਹੁੰਦੇ ਨੇ, ਤੁਸੀਂ ਦੇਖ ਸਕਦੇ ਹੋ। ਆਪਾਂ ਚੱਲਦੇ ਹਾਂ ਇਹਦੇ ਨੇੜੇ, ਥੋੜ੍ਹਾ ਇਹਦਾ ਤੁਹਾਨੂੰ ਸ਼ੋਰ ਸੁਣਾਈਏ, ਆਓ। ਇੱਥੇ ਦੀਆਂ ਲੇਕਾਂ ਵੀ ਨਾ ਜਿਹੜੀਆਂ ਨੇ ਸਮੁੰਦਰ ਤੋਂ ਵੱਡੀਆਂ ਨੇ, ਤੁਸੀਂ ਦੇਖ ਸਕਦੇ ਹੋ, ਦੂਜਾ ਐਂਡ ਹੀ ਨਹੀਂ ਲੱਭ ਰਿਹਾ, ਨਜ਼ਰ ਮਾਰ ਲਓ ਦੂਰ ਦੂਰ ਤੱਕ, ਪਾਣੀ ਵੀ ਇਹਦਾ ਬਹੁਤ ਸਾਫ਼ ਹੈ, ਮੈਨੂੰ ਵੀ ਡਰ ਲੱਗ ਰਿਹਾ ਕੋਲ ਜਾਂਦੇ, ਤੁਹਾਨੂੰ ਮੈਂ ਦੱਸੂੰਗਾ, ਇਹ ਦੇਖੋ ਬਹੁਤ ਸੋਹਣਾ ਵਿਊ ਹੈ, ਭਰਾ ਖੜੇ ਨੇ ਆਪਣੇ, ਦੇਖੋ ਇੰਨਾ ਸੋਹਣਾ ਲੱਗ ਰਿਹਾ ਏਰੀਆ, ਬਹੁਤ ਹੀ ਜ਼ਿਆਦਾ ਸੋਹਣਾ, ਤੁਸੀਂ ਦੇਖ ਸਕਦੇ ਹੋ, ਪਾਣੀ ਦੀ ਆਵਾਜ਼ ਸੁਣੋ। ਅਗਰ ਬਾਰਿਸ਼ ਨਹੀਂ ਰੁਕਦੀ ਤਾਂ ਆਪਾਂ ਇੱਥੇ ਆਉਣਾ ਹੀ ਨਹੀਂ ਸੀ, ਅਤੇ ਇਹ ਦੇਖ ਸਕਦੇ ਹੋ, ਪਿਆਰਾ ਲੱਗ ਰਿਹਾ ਨਾ, ਸੋਹਣਾ ਨਜ਼ਾਰਾ ਹੈ ਸ਼ਾਮ ਦਾ। ਇਸ ਟਾਈਮ ਟਾਈਮ ਹੋਇਆ 4:30, ਤੁਸੀਂ ਦੇਖ ਸਕਦੇ ਹੋ ਪੂਰਾ ਸਾਈਟ ਹੈ ਫ੍ਰੈਸ਼ ਮੈਨਸ ਬੇ। ਇਸ ਲੇਕ ਦਾ ਕੋਈ ਮੈਨੂੰ ਐਂਡ ਲੱਭ ਹੀ ਨਹੀਂ ਰਿਹਾ, ਖਤਮ ਹੀ ਨਹੀਂ ਹੋ ਰਹੀ, ਇਹ ਦੇਖੋ ਠੰਡੀ ਠੰਡੀ ਹਵਾ ਚੱਲ ਰਹੀ ਹੈ, ਸੀਨ ਦੇਖੋ, ਤਕਰੀਬਨ ਲੋਕ ਬੈਠੇ ਨੇ ਲੇਕ ਦੇ ਕਿਨਾਰੇ, ਵਿਊ ਦੇਖੋ ਸਾਹਮਣੇ ਦਾ, ਛੋਟਾ ਬਾਈ ਖੜਾ ਸਾਹਮਣੇ, ਦੂਜਾ ਉਹ ਬੈਠਿਆ ਪਿੱਛੇ, ਬਹੁਤ ਪਿਆਰਾ ਵਿਊ, ਆਪਾਂ ਅੱਗੇ ਵੀ ਚੱਲਾਂਗੇ ਤੁਹਾਨੂੰ ਪੂਰਾ ਦੱਸਾਂਗੇ, ਆਹ ਸੁਣ ਲਓ ਪਾਣੀ, ਕੈਨੇਡੀਅਨ ਮੁੰਡੇ ਨੇ, ਇਹਨਾਂ ਦੀਆਂ ਗੱਪਾਂ ਚੱਲ ਰਹੀਆਂ ਨੇ, ਆਪਾਂ ਇੰਜੋਏ ਕਰਾਂ, ਦੇਖੋ ਸਾਹਮਣੇ ਗੋਰੇ ਸਾਈਕਲ 'ਤੇ ਆ ਰਹੇ ਨੇ, ਸ਼ਾਮਾਂ ਦਾ ਟਾਈਮ ਹੈ, ਕਿਆ ਬਾਤ ਹੈ ਯਾਰ, ਇਹ ਤੁਸੀਂ ਦੇਖ ਸਕਦੇ ਹੋ, ਬੜੀ ਡੂੰਘੀਆਂ ਗੱਪਾਂ ਚੱਲ ਰਹੀਆਂ ਨੇ ਦੋਨਾਂ ਦੀਆਂ, ਇਹ ਦੇਖੋ ਮੀਂਹ ਪਿਆ, ਅੱਜ ਵਾਰਨਿੰਗ ਵੀ ਸੀ ਤੁਹਾਨੂੰ ਪਹਿਲੇ ਵੀ ਦੱਸਿਆ ਥੰਡਰਸਟੋਰਮ ਦੀ, ਇਹ ਦੇਖ ਲਓ ਕਾਫੀ ਪਿਆਰਾ ਲੱਗ ਰਿਹਾ।
ਆਹ ਤੁਸੀਂ ਜਿਹੜੀ ਦੇਖ ਰਹੇ ਹੋ ਸਾਹਮਣੇ ਖੜੀਆਂ ਨੇ, ਇਹ ਸਾਰੀਆਂ ਪ੍ਰਾਈਵੇਟ ਨੇ, ਜਿਨ੍ਹਾਂ ਦੇ ਘਰ ਨੇ ਉਹਨਾਂ ਨੇ ਰੱਖੀਆਂ ਹੋਈਆਂ ਨੇ। ਉਹ ਸਰਫਿੰਗ ਵੀ ਕਰਦੇ ਨੇ, ਬੋਟਸ ਲੈ ਕੇ ਅੰਦਰ ਵੀ ਜਾਂਦੇ ਨੇ ਪਾਣੀ ਦੇ ਵਿੱਚ, ਤੁਹਾਨੂੰ ਮੈਂ ਦੱਸੂੰਗਾ ਅੱਗੇ ਪੂਰੀ ਵੀਡੀਓ। ਇਸ ਸਾਈਡ ਆਪਾਂ ਜਾ ਨਹੀਂ ਸਕਦੇ, ਤਾਂ ਇਹਦਾ ਦੂਜਾ ਰਸਤਾ, ਉਹਦਾ ਅਸੈਸ ਨਹੀਂ ਹੈਗਾ ਆਮ ਬੰਦਿਆਂ ਨੂੰ। ਇਹ ਜਿਹੜੇ ਇੱਥੇ ਦੀ ਲੋਕੈਲਿਟੀ ਹੈ, ਜਿਹੜੇ ਲੋਕਲ ਨੇ ਉਹਨਾਂ ਨੇ ਰੱਖੀਆਂ ਹੋਈਆਂ ਨੇ ਆਪਣੇ ਲਈ, ਵਰਤੋਂ ਲਈ, ਉਹ ਜਾਂਦੇ ਨੇ ਸ਼ਾਮ ਨੂੰ। ਆਹ ਦੇਖੋ ਜੀ, ਆਹ ਤੁਸੀਂ ਦੇਖ ਸਕਦੇ ਹੋ ਪੂਰਾ ਏਰੀਆ ਕਵਰ ਕੀਤਾ ਹੋਇਆ ਇਹਨਾਂ ਨੇ। ਅਸੀਂ ਹੈਗੇ ਹਾਂ ਵੇਲੇ, ਅਸੀਂ ਆਏ ਹਾਂ ਘੁੰਮਣ ਲਈ, ਅਤੇ ਆਪਾਂ ਚੱਲਦੇ ਹਾਂ ਅੱਗੇ ਅੱਗੇ, ਦੇਖਾਂਗੇ ਅੱਗੇ ਕੀ ਆ, ਪਤਾ ਚੱਲੇ। ਆਏ ਹਾਂ, ਦੇਖੀਏ ਪਤਾ ਦੁਨੀਆ ਆ ਰਹੀ ਉੱਧਰ ਦੀ, ਉੱਥੇ ਕੀ ਹੈਗਾ। ਉੱਥੇ ਇੱਕ ਪੋਰਟ ਜਿਹਾ ਛੋਟਾ ਜਿਹਾ ਬਣਿਆ, ਡੈੱਕ ਜਿਹਾ ਹੈਗਾ, ਪਤਾ ਨਹੀਂ ਸ਼ਾਇਦ ਉੱਥੋਂ ਹੀ ਆ ਰਹੇ ਨੇ ਮੇਰੇ ਹਿਸਾਬ ਨਾਲ। ਚੱਲਦੇ ਹਾਂ ਉੱਥੇ, ਦੇਖਦੇ ਹਾਂ ਉੱਥੇ ਕੀ ਆ। ਉਹ ਦੇਖੋ ਤੁਸੀਂ ਸਾਹਮਣੇ ਤੋਂ ਆ ਰਹੇ ਨੇ, ਇੱਥੇ ਸਾਹਮਣੇ ਇੱਕ ਲੱਕੜ ਦਾ ਉਹ ਪਿਆ ਹੋਇਆ ਮੁੰਡ ਜਿਹਾ, ਉਹ ਵੀ ਦੱਸੂੰਗਾ ਤੁਹਾਨੂੰ ਮੈਂ। ਆਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ, ਬੇਸ਼ੱਕ ਇੱਦਾਂ ਪਿਆ ਹੋਇਆ ਰਫਲੀ ਜਿਹਾ, ਲੇਕਿਨ ਸੋਹਣਾ ਲੱਗ ਰਿਹਾ ਵਿਊ। ਆਹ ਆਹ ਚੱਕ ਰਹੇ ਹੋ, ਆਹ ਬੈਠਣ ਲਈ ਵੀ ਬਣਾਏ ਹੋਏ ਨੇ ਇਹਨਾਂ ਨੇ, ਫੈਮਿਲੀਜ਼ ਬੈਠੀ ਹੋਈ ਨੇ ਉਹਦੀ ਦੂਸਰੀ ਸਾਈਡ। ਆਹ ਤੁਸੀਂ ਦੇਖ ਸਕਦੇ ਹੋ, ਸੋਹਣਾ ਲੱਗ ਰਿਹਾ ਨਾ। ਤਾਂ ਆਹ ਵੀ ਹੈ, ਇੱਥੇ ਵੀ ਤੁਸੀਂ ਘੁੰਮ ਸਕਦੇ ਹੋ। ਆਹ ਦੇਖੋ ਜੀ ਸਾਹਮਣੇ, ਕੋਈ ਨੱਕਾ ਨਹੀਂ ਲਾਸਟ ਤੱਕ। ਹਾਂਜੀ, ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਇਨ ਕੇਸ ਆਫ ਐਮਰਜੈਂਸੀ ਕਾਲ 911। ਆਪਣੀ ਲੋਕੇਸ਼ਨ ਹੈ ਬੀਚ ਫਰੰਟ ਪਾਰਕ 510 ਲਿਵਰਪੂਲ ਰੋਡ। ਇਹ ਤੁਸੀਂ ਦੇਖ ਸਕਦੇ ਹੋ ਲਾਈਫ ਗਾਰਡ ਤਾਂ ਲੱਗਿਆ ਹੋਇਆ, ਜੈਕਟ ਬੱਚਿਆਂ ਲਈ। ਅੱਗੇ ਚੱਲਦੇ ਹਾਂ ਆਪਾਂ। ਬਹੁਤ ਹੀ ਸੋਹਣਾ ਟਰੈਕ ਬਣਾਇਆ ਹੋਇਆ ਇਹਨਾਂ ਨੇ, ਤੁਸੀਂ ਦੇਖ ਸਕਦੇ ਹੋ। ਇਹ ਸਾਹਮਣੇ ਪੂਰਾ ਟਰੈਕ ਹੈ, ਬਹੁਤ ਪਿਆਰਾ ਲੱਗ ਰਿਹਾ ਸੀ। ਮੈਂ ਕਿਹਾ ਚਲੋ ਇੱਕ ਵਾਰ ਚੱਕਰ ਲਾ ਕੇ ਆਈਏ, ਦੇਖ ਕੇ ਆਈਏ, ਅੱਗੇ ਹੈ ਕੀ ਹੈ ਤੁਹਾਨੂੰ ਵੀ ਦੱਸਾਂਗੇ। ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਕਿ ਕੋਈ ਵੀ ਲਾਈਫ ਗਾਰਡ ਜਿਹੜਾ ਉਹ ਲਾਈਫ ਗਾਰਡ ਡਿਊਟੀ 'ਤੇ ਨਹੀਂ ਹੈ, ਤੁਸੀਂ ਸਵਿਮ ਕਰ ਸਕਦੇ ਹੋ ਆਪਣੇ ਰਿਸਕ 'ਤੇ। ਇਹ ਸਾਹਮਣੇ ਦਾ ਏਰੀਆ, ਤੁਸੀਂ ਦੇਖ ਰਹੇ ਹੋ ਫਿਸ਼ਿੰਗ ਵੀ ਹੋ ਰਹੀ ਹੈ, ਉਹ ਸਾਹਮਣੇ ਸਾਈਕਲਿੰਗ ਵੀ ਚੱਲ ਰਹੀ ਹੈ, ਟਰੈਕ ਬਣਿਆ ਹੋਇਆ ਅਤੇ ਡਕਸ ਵੀ ਹੈਗੀਆਂ ਪਾਣੀ ਦੇ ਵਿੱਚ, ਤੁਹਾਨੂੰ ਮੈਂ ਦੱਸੂੰਗਾ। ਬਹੁਤ ਹੀ ਸੋਹਣਾ ਵਿਊ ਹੈ, ਅਤੇ ਬਾਈ ਜੀ ਫਿਸ਼ਿੰਗ ਕਰ ਰਹੇ ਨੇ, ਇੱਕ ਬਾਈ ਅੱਗੇ ਆ। ਤਾਂ ਆਪਾਂ ਉਹ ਦੇਖ, ਸ਼ਾਮਾਂ ਦਾ ਟਾਈਮ ਹੈ, ਬਹੁਤ ਸੋਹਣਾ ਵਿਊ ਕੈਪਚਰ ਕਰ ਰਹੇ ਹਾਂ ਆਪਾਂ। ਇਹ ਦੇਖੋ, ਇਹ ਸਾਹਮਣੇ ਬਾਈ ਜੀ ਫਿਸ਼ਿੰਗ ਕਰ ਰਹੇ ਨੇ, ਆਪਾਂ ਲਾਸਟ ਤੱਕ ਜਾਵਾਂਗੇ। ਫੋਟੋਗ੍ਰਾਫੀ ਕਰ ਰਹੇ ਨੇ ਬੱਚੇ ਆਪਣੀ ਫੈਮਿਲੀ ਦੇ ਨਾਲ, ਬਹੁਤ ਸੋਹਣਾ ਲੱਗ ਰਿਹਾ ਇਸ ਟਾਈਮ ਦੇਖ ਕੇ ਸਾਨੂੰ। ਚਲੋ ਚੱਲਦੇ ਹਾਂ ਅੱਗੇ, ਆ ਜਾਓ। ਆਹ ਤੁਸੀਂ ਦੇਖ ਸਕਦੇ ਹੋ, ਬੋਟ ਸੀੜੀਆਂ ਨੇ ਰਾਈਡ ਲਈ ਲੈ ਕੇ ਜਾ ਰਹੀਆਂ ਨੇ, ਬਹੁਤ ਹੀ ਸੋਹਣਾ ਵਿਊ ਲੱਗ ਰਿਹਾ ਸਾਹਮਣੇ। ਤੁਸੀਂ ਦੇਖੋ ਇਹ ਸਾਹਮਣੇ ਦਾ ਵਿਊ ਹੈਗਾ, ਕਿੰਨਾ ਪਿਆਰਾ ਲੱਗ ਰਿਹਾ, ਤੁਹਾਨੂੰ ਮੈਂ ਦੱਸੂੰਗਾ। ਸਲੋਲੀ ਸਲੋਲੀ ਜਾ ਰਿਹਾ, ਇਹ ਰਾਈਡ ਹੈਗੀ, ਬਾਈ ਫਿਸ਼ਿੰਗ ਕਰ ਰਿਹਾ ਸਾਹਮਣੇ, ਦੇਖ ਸਕਦੇ ਹੋ ਤੁਸੀਂ। ਇਹਨਾਂ ਨੇ ਪੂਰੇ ਇਹਨਾਂ ਨੂੰ ਜਿਹਦਾ ਕੋਈ ਐਂਡ ਹੀ ਨਹੀਂ ਹੈ, ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ। ਹਾਂਜੀ, ਹੁਣ ਆਪਣਾ ਘਰ ਜਾਣ ਦਾ ਟਾਈਮ ਆ ਗਿਆ। ਦੱਸੋ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਿਆ। ਥੈਂਕਸ ਫੋਰ ਵਾਚਿੰਗ ਸਰਦਾਰ ਜੀ ਵਲੌਗਸ। ਥੈਂਕ ਯੂ।